ਹਾਂਜੀ ਸਰ, ਤੁਹਾਡਾ ਸ਼ੁਕਰ। ਮੈਂ ਸੁਖਵਿੰਦਰਪਾਲ ਸਿੰਘ ਮਿੰਟਾ, ਇੱਥੋਂ ਸੀਨੀਅਰ ਕੌਂਸਲਰ ਵੀ ਹਾਂ ਅਤੇ ਪਾਰਟੀ ਦਾ ਜਥੇਬੰਦ ਸਕੱਤਰ ਰਿਹਾ ਅਤੇ PAC ਮੈਂਬਰ ਪੰਜਾਬ। ਅੱਜ ਪ੍ਰੈਸ ਕਾਨਫਰੰਸ ਕਿਸ ਸੰਬੰਧ 'ਚ ਰੱਖੀ? ਪ੍ਰੈਸ ਕਾਨਫਰੰਸ ਜਿਹੜੀ ਰੱਖੀ ਆ ਉਹ ਸਰਦਾਰ ਸੁਖਬੀਰ ਸਿੰਘ ਦੇ ਹੱਕ ਦੇ ਵਿੱਚ, ਜਾਂ ਉਹਨਾਂ ਦੇ ਜਿਹੜਾ ਸੰਤੁਸ਼ਟੀ ਪ੍ਰਗਟਾਈ ਆ ਪਟਿਆਲਾ ਨਿਵਾਸੀਆਂ ਨੇ ਵੀ ਅਸੀਂ ਬਾਦਲ ਸਾਹਿਬ ਦੇ ਨਾਲ ਹਾਂ ਅਤੇ ਸਾਨੂੰ ਜਿਹੜੇ ਵੱਡੇ ਵੱਡੇ ਲੀਡਰ ਪਾਰਟੀ ਛੱਡ ਕੇ ਜਾ ਰਹੇ ਆ ਉਹਨਾਂ ਨੂੰ ਕੋਈ ਬਾਹਲਾ ਫਰਕ ਨਹੀਂ ਪੈਣਾ। ਅਤੇ ਤੁਹਾਨੂੰ ਪਤਾ ਕਿੰਨੇ ਕੁ ਲੀਡਰ ਤੁਸੀਂ ਦੱਸੋ, ਕਿਹੜੇ ਕਿਹੜੇ ਲੀਡਰ ਛੱਡ, ਉਹਦਾ ਕੀ ਕਾਰਨ ਪਾਰਟੀ ਛੱਡਣ ਕਰਕੇ, ਅਕਾਲੀ ਦਲ ਕਮਜ਼ੋਰ ਕਰਨ 'ਚ ਕਿਹਦਾ ਹੱਥ ਹੈ? ਪਾਰਟੀ ਨੂੰ ਕਮਜ਼ੋਰ ਕਰਨ 'ਚ ਦੋਨਾਂ ਲੀਡਰਾਂ ਦਾ ਹੱਥ ਆ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਦਾ ਅਤੇ ਸਰਦਾਰ ਸੁਰਜੀਤ ਸਿੰਘ ਜੀ ਰੱਖੜਾ ਜਿਹਾ। ਇਹ ਪਿਛਲੇ 40 ਸਾਲਾਂ ਤੋਂ ਜਿੰਨੀਆਂ ਵੀ ਪੰਜਾਬ 'ਚ ਇਲੈਕਸ਼ਨਾਂ ਹੋਈਆਂ ਨੇ ਇਹ ਇਹਨਾਂ ਦੇ ਪਰਿਵਾਰ ਨੇ ਲੜੀਆਂ ਨੇ, ਪਾਰਟੀ ਨੇ ਲੜਾਈਆਂ ਨੇ, ਬਹੁਤ ਬੁਰੀ ਤਰ੍ਹਾਂ ਹਾਰਦੇ ਰਹੇ, ਜਮਾਨਤਾਂ ਜ਼ਬਤ ਹੁੰਦੀਆਂ ਰਹੀਆਂ। ਇਹ ਲੋਕਾਂ ਨੇ ਇੱਕ ਪਟਿਆਲੀਆਂ ਦਾ ਬੁੱਧੂ ਬਣਾ ਕੇ ਰਾਜ ਕਰਦੇ ਰਹੇ ਨੇ। ਪਹਿਲਾਂ ਲੋਕਾਂ ਦੇ ਸੀਗਾ ਵੀ ਇਹ ਲੜਦੇ ਆ, ਆਪਸ 'ਚ ਲੜਾਉਂਦੇ ਸੀ ਜਾਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ, ਪਰ ਅੱਜ ਬਿੱਲੀ ਉਹ ਥੈਲੇ ਬਾਹਰ ਆ ਗਈ ਕਿਉਂਕਿ ਇਹ ਦੋਨੋਂ ਇਕੱਠੇ ਹੋ ਗਏ। ਅਤੇ ਸਭ ਨੂੰ ਜੱਗ ਜ਼ਾਹਿਰ ਹੈ ਵੀ ਸਰਦਾਰ ਸੁਰਜੀਤ ਸਿੰਘ ਜੀ ਰੱਖੜਾ BJP ਦੇ ਹੱਥਾਂ 'ਚ ਖੇਡ ਰਹੇ ਨੇ। ਅਤੇ ਕੀ ਕਾਰਨ ਹੈ ਕਿ BJP ਦਾ ਇੱਥੋਂ ਵੋਟ ਸ਼ੇਅਰ ਵਧਿਆ? ਉਹ ਵੋਟ ਸ਼ੇਅਰ ਇਹੀ ਵਧਿਆ ਜਿਹੜੀ ਇਹਨਾਂ ਦੀ ਪਰਸਨਲ ਵੋਟ ਸੀ, ਇਹਨਾਂ ਨੇ ਡਟ ਕੇ ਲੜਾਈ। ਕੀ ਕਾਰਨ ਹੈ ਵੀ ਰੱਖੜਾ ਸਾਹਿਬ ਐਨ ਮੌਕੇ 'ਤੇ ਆ ਕੇ ਜਵਾਬ ਦੇ ਕੇ ਮਹਾਰਾਜ ਸਾਹਿਬ ਦੇ ਖਿਲਾਫ ਲੜਦਾ ਨਹੀਂ, ਉੱਪਰ ਹੁਕਮ ਸੀ BJP ਦਾ ਨਹੀਂ ਲੜਨਾ, ਤਾਂ ਸਾਨੂੰ ਇੰਨੀ ਕੁ ਸ਼ਰਮਾਈ ਲਿਆ ਕਿਉਂਕਿ ਅਸੀਂ ਇਹਨਾਂ ਨੂੰ ਦੇਖ ਰਹੇ ਸੀ ਵੀ ਰੱਖੜਾ ਸਾਹਿਬ ਲੜਨਗੇ ਅਤੇ ਅਸੀਂ ਜ਼ੋਰ ਲਾ ਕੇ ਜਿਤਾਵਾਂਗੇ, ਜਿੱਤ ਵੀ ਸਕਦੇ ਸੀ, ਪਰ ਇਹਨਾਂ ਨੇ ਉਹ ਜਿਹੜੀ BJP ਦੇ ਕਹਿਣ 'ਤੇ ਉਹ ਚੋਣ ਨਹੀਂ ਲੜੀ ਅਤੇ ਤਾਂ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹਨਾਂ ਦੀ ਬਦੌਲਤ ਮਤਲਬ ਦਰਜਨਾਂ ਲੀਡਰ ਨੇ ਜਿਹੜੇ ਚੋਟੀ ਦੇ ਲੀਡਰ ਸੀ ਅੱਜ ਦੂਜੀਆਂ ਸਰਕਾਰਾਂ 'ਚ ਵੱਡੇ ਵੱਡੇ MLA ਬਣੇ ਬੈਠੇ ਆ, ਸਿਰਫ ਲੋਕਾਂ 'ਚ ਉਹਨਾਂ ਦਾ ਆਧਾਰ ਸੀਗਾ, ਇਹਨਾਂ ਨੇ ਉਹਨਾਂ ਨੂੰ ਚੁਗਲੀਆਂ ਲਾ ਕੇ ਭਜਾ ਤਾ ਅਤੇ ਉਹ ਹੁਣ ਪਾਰਟੀ ਦਾ ਇਸ ਹਾਸ਼ੀਆ 'ਤੇ ਪਹੁੰਚਾਉਣ ਦੇ ਦੋ ਵੱਡੇ ਲੀਡਰ। ਕਿਤੇ ਨਾ ਕਿਤੇ ਇਸ ਤਰ੍ਹਾਂ ਨਹੀਂ ਵੀ ਪਿੱਛੇ ਜਿਹੜੇ ਇਲੈਕਸ਼ਨ ਹੋਏ ਆ ਉਹ BJP ਨਾਲ ਰਲ ਕੇ ਲੜਨਾ ਚਾਹੁੰਦੇ ਸੀ ਇਹ ਲੋਕ ਚਾਹੁੰਦੇ ਸੀ, ਇਹਨਾਂ ਨੇ ਪ੍ਰੈਸ਼ਰ ਪਾਇਆ ਬਾਦਲ ਸਾਹਿਬ 'ਤੇ ਵੀ BJP ਨਾਲ ਲੜੋ, BJP ਨਾਲ ਸਾਡੀ ਇੰਨੀਆਂ ਸੀਟਾਂ ਆ ਜਾਏ, ਕਹਿੰਦੇ ਨਹੀਂ ਜਿਹੜੀ ਪਾਰਟੀ ਕਿਸਾਨਾਂ ਦੇ ਹੱਕ 'ਚ ਨਹੀਂ ਹੈਗੀ, ਜਿਹੜੀ ਪਾਰਟੀ ਪੰਜਾਬ ਦੇ ਹਿੱਤ 'ਚ ਗੱਲ ਨਹੀਂ ਕਰ ਰਹੀ ਅਸੀਂ ਉਹਨਾਂ ਦੇ ਨਾਲ ਨਹੀਂ ਖੜਾਂਗੇ। ਬਾਦਲ ਸਾਹਿਬ ਨੇ ਠੋਕਵਾਂ ਜਵਾਬ ਦਿੱਤਾ। ਅਤੇ ਤੁਸੀਂ ਚਾਹੁੰਦੇ ਨੇ ਲੀਡਰਾਂ ਖਿਲਾਫ਼ ਕੋਈ ਕਾਰਵਾਈ ਕਰੇ ਪਾਰਟੀ ਵੱਲੋਂ ਕੁਛ? ਇਹ ਆਪ ਹੀ ਚਾਹੇ ਜਿਹੜਾ ਬੰਦਾ ਪਾਰਟੀ ਪਲੇਟਫਾਰਮ 'ਤੇ ਨਹੀਂ ਹੈਗਾ, ਪਾਰਟੀ ਦੀ ਜਿਹੜੀ ਗੱਲ ਹੈ ਉਹ ਪਾਰਟੀ ਦੇ ਅੰਦਰ ਰਹਿ ਕੇ ਨਹੀਂ ਕਰ ਸਕਦਾ, ਉਹ ਆਪ ਹੀ ਬਾਹਰ ਨੇ, ਕਹਿਣ ਸਾਨੂੰ ਬਾਹਰ ਕਰਨ ਦੀ ਲੋੜ ਹੀ ਨਹੀਂ। ਬਾਕੀ ਢੀਂਡਸਾ ਸਾਹਿਬ ਦਾ ਵੀ ਦਬਾਅ ਹੋ ਸਕਦਾ ਇਹਨਾਂ 'ਤੇ? ਨਹੀਂ, ਢੀਂਡਸਾ ਸਾਹਿਬ BJP ਦੇ ਬੰਦੇ ਨੇ, ਸਭ ਨੂੰ ਪਤਾ, ਬੀਬੀ ਜਗੀਰ ਕੌਰ BJP ਦੇ ਹੈ, ਸਭ ਨੂੰ ਪਤਾ, ਜੱਗ ਜ਼ਾਹਿਰ ਨੇ ਵੀ BJP ਨਾਲ ਲੜਿਆ, ਢੀਂਡਸਾ ਸਾਹਿਬ ਉਹਨਾਂ ਦੀ ਸ਼ਹਿਦ 'ਤੇ ਆ, ਚੰਦੂਮਾਜਰਾ ਸਾਹਿਬ, ਰੱਖੜਾ ਸਾਹਿਬ, ਸਾਰੇ ਵੱਡੇ ਵੱਡੇ ਮਨੁੱਖਾ ਸਾਹਿਬ ਦੀ ਨੂੰਹ ਲੜੀ ਆ। ਹੁਣ ਦੱਸੋ ਪੰਜਾਬ ਦੀ ਬਾਗਡੋਰ ਅਸੀਂ ਇਹਨਾਂ ਲੋਕਾਂ ਦੇ ਹਵਾਲੇ ਕਰਦੀ ਜਿਹੜੇ BJP ਦੇ ਪਿੱਠੂ ਨੇ। ਮੇਨ ਲੀਡਰ ਜਿਹੜੇ ਆ ਪੰਜਾਬ ਦੇ ਅਤੇ ਅਕਾਲੀ ਦਲ ਨੂੰ ਛੱਡ ਚੁੱਕੇ, ਕੋਈ ਆਮ ਆਦਮੀ ਚਲੇ ਗਿਆ, ਕੋਈ ਕਾਂਗਰਸ, ਕੋਈ BJP 'ਚ, ਅਤੇ ਹੁਣ ਮੁੜ ਇਸ ਨੂੰ ਮਜ਼ਬੂਤ ਕਰਨ ਲਈ ਕੀ ਉਪਰਾਲੇ? ਬਿਲਕੁਲ ਹੋਏਗਾ, ਕਿਉਂਕਿ ਇਹ ਨਵੇਂ ਚਿਹਰੇ, ਨਵਾਂ ਯੂਥ ਆਉਣਾ ਚਾਹੁੰਦਾ ਸੀ ਅੱਗੇ, ਇਹ ਲੋਕ ਆਉਣ ਨਹੀਂ ਦੇ ਰਹੇ, ਲੋਕ ਇਹਨਾਂ ਦੇ ਡਰੋਂ ਘਰ ਬਹਿ ਗਏ ਸੀ ਵੀ ਬਾਦਲ ਸਾਹਿਬ ਤੱਕ ਇਹਨਾਂ ਦੀ ਅਪਰੋਚ ਹੈ, ਪੁਰਾਣੇ ਲੀਡਰ ਹੈ, ਇਹਨਾਂ ਦੀ ਪਕੜ ਬਹੁਤ ਹੈ, ਵੀ ਹੋ ਸਕਦਾ ਵੀ ਇਹਨਾਂ ਦੇ ਹੁੰਦੇ ਅਸੀਂ ਅੱਗੇ ਤਰੱਕੀ ਨਹੀਂ ਕਰ ਸਕਦੇ। ਅਤੇ ਜਦੋਂ ਤੋਂ ਇਹ ਗਏ ਆ ਪਟਿਆਲਾ ਬਹੁਤ ਖੁਸ਼ ਹੈ, ਨਵੇਂ ਯੂਥ ਦੇ ਫੋਨ ਆ ਰਹੇ, ਵੱਡੇ ਵੱਡੇ ਅਹੁਦੇਦਾਰਾਂ ਦੇ ਨਾਲ ਬਾਦਲ ਸਾਹਿਬ ਨੂੰ ਜਾ ਕੇ ਚੰਡੀਗੜ੍ਹ ਮਿਲ ਰਿਹਾ ਵੀ ਸਾਨੂੰ ਮੌਕਾ ਦਿਉ, ਉੱਥੇ ਤਾਂ ਲਾਈਨ ਲੱਗੀ ਹੋਈ ਹੈ।